ਦਸਵੇਂ ਪਾਤਸ਼ਾਹ ਦਾ ਨਾਮ ਲੈਣ ਦੀ ਦੇਰ ਸੀ, ਸੌਦਾ ਤੈਅ ਹੋ ਗਿਆ, ਪਠਾਨ ਤਿਆਰ ਹੋ ਗਿਆ। ਸਰਦਾਰ ਬੇਅੰਤ ਸਿੰਘ ਜੀ, ਬੀਬੀ ਦਇਆ ਕੌਰ ਨੇ ਰਸਤੇ ਦੇ ਸਫ਼ਰ ਵਾਸਤੇ ਖਾਣਾ ਬਣਾ ਕੇ ਨਾਲ ਲੈ ਲਿਆ। ਮੋਹਰੇ ਸਰਦਾਰ ਸਾਹਿਬ ਬੈਠ ਗਏ ਨੇ, ਪਿੱਛੇ ਬੀਬੀ ਜੀ ਬੈਠ ਗਏ ਨੇ, ਗੋਦੀ ਵਿੱਚ ਕਾਕਾ ਜਗਦੀਸ਼, ਨਾਲ ਆਪਣੇ ਪਹਿਨਣ ਵਾਸਤੇ ਜਿਹੜੇ ਜ਼ੇਵਰ ਤੇ ਕੱਪੜੇ ਸੀ ਉਹ ਵੀ ਨਾਲ ਹਨ। ਕਿਉਂਕਿ ਵਿਆਹ ਜਾਣਾ, ਬੀਬੀ ਦਇਆ ਕੌਰ ਨੇ ਹਾਰ ਸ਼ਿੰਗਾਰ ਲਾਇਆ ਹੈ, ਜ਼ੇਵਰ ਹਨ, ਗਹਿਣੇ ਹਨ, ਸ਼ਿੰਗਾਰ ਦੇ ਨਾਲ ਖੂਬਸੂਰਤੀ ਵਿੱਚ ਹੋਰ ਵਾਧਾ ਹੁੰਦਾ। ਫੈਸ਼ਨ ਕਰਨਾ ਕੋਈ ਗੁਨਾਹ ਨਹੀਂ, ਪਰ ਜੇ ਨਜ਼ਰਾਂ ਵਿੱਚ ਹਯਾ ਹੋਵੇ, ਸ਼ਰਮ, ਅੱਖਾਂ ਇਹੋ ਹੀ ਨੇ, ਧੁੱਕਣ ਵਿੱਚ ਜਿੰਨੀ ਸਮਾਨ ਦਾ ਹਰਕ ਪਾ ਜਾਂਦੀਆਂ ਨੇ। ਤੇ ਉਰਦੂ ਦਾ ਕਵੀ ਕਹਿੰਦਾ, ਨਜ਼ਰ ਉੱਚੀ ਉੱਠੀ ਤੋ ਦੁਆ ਬਣ ਗਈ, ਨਜ਼ਰ ਨੀਚੀ ਹੋਈ ਤੋ ਹਯਾ ਬਣ ਗਈ, ਨਜ਼ਰ ਤਿਰਸ਼ੀ ਹੋਈ ਤੋ ਅਦਾ ਬਣ ਗਈ, ਨਜ਼ਰ ਫਿਰ ਗਈ ਤੋ ਕਦਾ ਬਣ ਗਈ। ਨਜ਼ਰਾਂ ਵਿੱਚ ਹਯਾ ਹੋਵੇ ਫਿਰ ਫੈਸ਼ਨ ਕਰਨਾ ਕੋਈ ਐਬ ਨਹੀਂ। ਮੈਨੂੰ ਗੱਲ ਯਾਦ ਹੈ, ਇੰਡੀਆ ਵਿੱਚ ਅੰਮ੍ਰਿਤ ਪ੍ਰਚਾਰ ਹੋਇਆ, ਇੱਕ ਨਵਾਂ ਵਿਆਹ ਆ ਜੋੜਾ ਅੰਮ੍ਰਿਤ ਛਕਣ ਵਾਸਤੇ ਆਇਆ। ਜਥੇਦਾਰ ਸਾਹਿਬ ਕਹਿਣ ਲੱਗੇ, ਬੀਬੀ ਪਹਿਲੋਂ ਸਾਰੇ ਗਹਿਣੇ ਲਾ ਦਿਓ, ਫਿਰ ਅੰਮ੍ਰਿਤ ਛਕਾਵਾਂਗੇ। ਅੱਗੇ ਸਾਡੇ ਦੇਸ਼ ਵਿੱਚ ਗਹਿਣਿਆਂ ਦਾ ਬੜਾ ਰਿਵਾਜ਼ ਹੋਰ ਹੁੰਦਾ ਸੀ, ਅੱਜ ਕੱਲ੍ਹ ਜ਼ਮਾਨਾ ਬਦਲ ਗਿਆ, ਗਹਿਣਿਆਂ ਦਾ ਫੈਸ਼ਨ ਵੀ ਬਦਲ ਗਿਆ। ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸਾਂ, ਅਸੀਂ ਆਪ ਵੇਖਿਆ ਬੀਬੀਆਂ ਸਿਰ ਉੱਤੇ ਸੱਗੀ ਪਾਉਣੀ, ਫੁੱਲ ਪਾਉਣੇ, ਠੂਠੀਆਂ ਸਿਰ 'ਤੇ ਕਰਨੀਆਂ, ਮੀਟੀਆਂ ਕਰਨੀਆਂ, ਕਈ ਕਿਸਮ ਦੀਆਂ ਗੱਲਾਂ ਸੀ। ਛੇ ਛੇ ਮਹੀਨੇ ਕੰਘੀ ਨੇ ਫੇਰਨੀ ਵਿੱਚ, ਜੂਆਂ ਨੇ ਕਾਰ ਕਬੱਡੀ ਖੇਡੀ ਜਾਣੀ, ਆਪ ਕੱਚੇ ਕੋਠਿਆਂ 'ਚ ਰਹਿਣਾ ਤੇ ਜੂਆਂ ਦੇ ਸੋਨੇ ਦੇ ਮਕਾਨ। ਇੱਕ ਨੱਥ ਦਾ ਬੜਾ ਰਿਵਾਜ ਸੀ, ਨੱਕ ਵਿੱਚ ਨੱਥ ਪਾਉਣੀ, ਦੇਖਦੇ ਬੀਬੀ ਨੂੰ ਜ਼ੁਕਾਮ ਲੱਗ ਗਿਆ, ਗੁਆਂਢੀਆਂ ਦੇ ਕੱਪੜੇ ਲਪੇੜ ਦੇਣੇ। ਇਹ ਭਲਾ ਹੋਵੇ ਨਾ ਅਕਾਲੀਆਂ ਦਾ ਤੇ ਕੂਕਿਆਂ ਦਾ, ਜਿਨ੍ਹਾਂ ਨੇ ਗਹਿਣਿਆਂ ਦਾ ਸਾਰਾ ਰਿਵਾਜ ਸਿੰਘ ਸਭਾ ਲਹਿਰ ਦੇ ਵਿੱਚ ਬੜੀ ਆਵਾਜ਼ ਉੱਠੀ ਔਰ ਇਹ ਖਤਮ ਕੀਤਾ ਗਿਆ। ਉਹ ਜਥੇਦਾਰ ਕਹਿਣ ਲੱਗਾ, ਬੀਬੀ ਸਾਰੇ ਗਹਿਣੇ ਲਾ ਦੇ। ਉਹਦੇ ਗਹਿਣੇ ਬੜੇ ਮਾਡਰਨ ਜਿਹਾ ਸੀ, ਉਹਨੇ ਵੰਗਾਂ ਵੀ ਲਾ ਤੀਆਂ, ਗਲ ਦਾ ਹਾਰ ਵੀ ਲਾ ਤਾ, ਉਹ ਕੰਨਾਂ ਦੀਆਂ ਵਾਲੀਆਂ ਕਿਤੇ ਲੈਣ ਨਾ, ਕਹਿੰਦੀ ਘਰ ਚੱਜ ਲਾ ਦਿਆਂਗੀ, ਇਹ ਅੰਮ੍ਰਿਤ ਜ਼ਰੂਰ ਛਕਣਾ ਹੈ। ਜਥੇਦਾਰ ਵੀ 18ਵੀਂ ਸਦੀ ਦਾ ਸਟੈਂਡਰਡ ਜਥੇਦਾਰ ਸੀ, ਕਹਿੰਦਾ ਬਿਲਕੁਲ ਨਹੀਂ, ਸਾਰੇ ਗਹਿਣੇ ਲਾ ਦੋ ਤਾਂ ਅੰਮ੍ਰਿਤ ਛਕਾਵਾਂਗੇ। ਬੀਬੀ ਬੜੀ ਸਿਆਣੀ ਪੜ੍ਹੀ ਲਿਖੀ ਸੀ, ਕਹਿੰਦੀ ਜਥੇਦਾਰ ਜੀ ਕਿੱਥੇ ਲਿਖਿਆ ਤੇ ਸਾਰੇ ਗਹਿਣੇ ਲਾ ਕੇ ਅੰਮ੍ਰਿਤ ਛਕਣਾ। ਉਹਨੂੰ ਹੋਰ ਕਿਤੇ ਗੱਲ ਕੋਈ ਨਾ ਆਈ, ਕਹਿੰਦਾ ਇਹ ਕਿੱਥੇ ਲਿਖਿਆ ਤੇ ਗਹਿਣੇ ਪਾ ਕੇ ਅੰਮ੍ਰਿਤ ਛਕਣਾ। ਉਹ ਕਹਿੰਦੀ ਆ ਤੈਨੂੰ ਮੈਂ ਦੱਸਾਂ, ਮੇਰਾ ਸਤਿਗੁਰੂ ਕਹਿੰਦਾ, ਸਖੀ ਕਾਜਲ ਹਾਰ ਤੰਬੋਲ ਸਭੇ ਕਿਛ ਸਾਜਿਆ, ਸੋਲਾ ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈਏ ਲਿਖਿਆ ਕਿ ਲਾਈਏ ਲਿਖਿਆ। ਜਥੇਦਾਰ ਕਹਿੰਦਾ ਪਾਈਏ। ਉਹ ਕਹਿੰਦੀ ਫਿਰ ਤੂੰ ਕਿਵੇਂ ਲਵਾ ਸਕਦਾ ਸ਼ਿਕਾ ਅੰਮ੍ਰਿਤ। ਮੈਂ ਕਿਹਾ ਜਥੇਦਾਰ ਜੀ, ਹੁਣ 18ਵੀਂ ਸਦੀ ਨਹੀਂ, ਹੁਣ 20ਵੀਂ ਸਦੀ ਹੈ, ਜ਼ਮਾਨਾ ਬੜਾ ਅੱਗੇ ਵੱਧ ਗਿਆ, ਹੁਣ ਤੇ ਕੁੜੀਆਂ ਡਾਕਟਰ, ਕੁੜੀਆਂ ਮੈਜਿਸਟਰੇਟ, ਕੁੜੀਆਂ ਡਾਇਰੈਕਟਰ, ਕੁੜੀਆਂ ਇੰਜੀਨੀਅਰ, ਕੁੜੀਆਂ ਹਵਾਈ ਜਹਾਜ਼ ਚਲਾਉਂਦੀਆਂ ਨੇ, ਇੱਕ ਰਸ਼ੀਆ ਦੀ ਕੁੜੀ ਨੇ ਰਾਕਟ ਵੀ ਚਲਾਇਆ। ਸਾਡੇ ਦੇਸ਼ ਦੀਆਂ ਮਾਈਆਂ ਸੁੱਖ ਨਾਲ ਹਸਪਤਾਲ ਨੂੰ ਡਾਕਖਾਨਾ ਹੀ ਕਹਿੰਦੀਆਂ ਨੇ, ਬਾਅਦ ਨੂੰ ਰਾਕਾ। ਖੈਰ ਹੁਣ ਬੜੇ ਜ਼ਮਾਨੇ ਬਦਲ ਰਹੇ ਨੇ, ਪਿੰਡ ਪਿੰਡ ਹੁਣ ਸੁਲਤ ਕਾਲਜ ਬਣ ਗਏ, ਸਕੂਲ ਖੁੱਲ੍ਹ ਗਏ, ਹੁਣ ਤੇ ਕੁੜੀਆਂ ਜ਼ਿੰਦਗੀ ਦੇ ਮੈਦਾਨ ਵਿੱਚ ਆਈਆਂ ਨੇ। ਸਾਡੇ ਦੇਸ਼ ਦੀ ਪ੍ਰਧਾਨ ਮੰਤਰੀ ਵੀ ਕਿਸਤਰੀ ਬਣੀ ਹੈ, ਵਾਧੂ ਸੁੱਖ ਰੱਖੇ। ਤੇ ਮੈਂ ਗੱਲ ਕਰ ਰਿਹਾ ਸਾਂ ਕਿ ਜ਼ਮਾਨਾ ਅੱਜ ਬੜਾ ਅੱਗੇ ਜਾ ਰਿਹਾ। ਬੀਬੀ ਦਇਆ ਕੌਰ ਨੇ ਕੁਝ ਹਾਰ ਸ਼ਿੰਗਾਰ ਲਾਇਆ, ਕੁਝ ਗਹਿਣੇ ਪਹਿਨੇ ਨੇ, ਔਰ ਕਦੇ ਕਦੇ ਚੰਗੀ ਚੀਜ਼ ਬੰਦੇ ਦੀ ਦੁਸ਼ਮਣ ਬਣ ਜਾਂਦੀ ਹੈ। ਧਨ ਔਰ ਜੋਬਨ ਇਹ ਮਨੁੱਖ ਦੇ ਕਦੇ ਕਦੇ ਦੁਸ਼ਮਣ ਬਣ ਜਾਂਦੇ ਨੇ। ਗੁਰਬਾਣੀ ਵਿੱਚ ਜ਼ਿਕਰ ਆਇਆ ਹੈ, ਧਨ ਜੋਬਨ ਦੋਏ ਵੈਰੀ ਹੋਏ, ਜਿੰਨੀ ਰੱਖੇ ਰੰਗ ਲਾਏ, ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ। ਘੋੜਾ ਤੁਰਿਆ ਜਾ ਰਿਹਾ, ਮੇਰੇ ਪਠਾਨ ਹੈ, ਮਗਰ ਮਗਰ ਘੋੜੇ ਉੱਤੇ ਸਰਦਾਰ ਬੇਅੰਤ ਸਿੰਘ ਔਰ ਬੀਬੀ ਦਇਆ ਕੌਰ ਜੀ ਜਾ ਰਹੇ ਨੇ। 2 ਮੀਲ, 4 ਮੀਲ, 10 ਮੀਲ, 15 ਮੀਲ, 20 ਮੀਲ ਸਫ਼ਰ ਹੋ ਗਿਆ। ਰਸਤੇ ਵਿੱਚ ਇੱਕ ਨਦੀ ਆ ਗਈ, ਪਠਾਨ ਬੇੜੀਆਂ ਪਰਲੇ ਕੰਢੇ ਲੈ ਜਾ ਚੁੱਕੇ ਨੇ, ਸੂਰਜ ਲਹਿਣ ਵਾਲਾ ਹੈ। ਹੁਣ ਸਰਦਾਰ ਸੋਚਦਾ ਹੈ ਕਿ ਜੇ ਕੋਈ ਬੇੜੀ ਮਿਲ ਜਾਏ ਪਾਰ ਜਾਈਏ ਤੇ ਪਰਲੇ ਕਿਨਾਰੇ ਕਿਸੇ ਪਿੰਡ ਵਿੱਚ ਜਾ ਕੇ ਰਾਤ ਰਹੀਏ।
ਬੜੀਆਂ ਵਾਂਗਾਂ ਮਾਰੀਆਂ, ਕੋਈ ਮਲਾਹ ਬੈੜੀ ਵਾਲਾ ਨਾ ਆਇਆ। ਮਾਯੂਸ ਹੋ ਗਏ, ਸੂਰਜ ਲੈ ਗਿਆ, ਹਨੇਰਾ ਹੋ ਗਿਆ, ਨਦੀ ਪਹਾੜੀ ਏ, ਪਾਣੀ ਬੜਾ ਤੇਜ਼ ਚੱਲ ਰਿਹਾ, ਪੈਦਲ ਪਾਰ ਨਹੀਂ ਹੋ ਸਕਦੀ, ਕੀਤਾ ਕੀ ਜਾਏ। ਪਠਾਨ ਕਹਿੰਦਾ, ਸਰਦਾਰ ਜੀ ਹੁਣ ਹੋਰ ਤਾਂ ਕੋਈ ਪੇਸ਼ ਨਹੀਂ ਜਾ ਸਕਦੀ, ਰਾਤ ਇੱਥੇ ਕੱਟਣੀ ਪਵੇਗੀ। ਸਰਦਾਰ ਨੇ ਕਿਹਾ, ਜੋ ਵਾਹਿਗੁਰੂ ਦਾ ਹੁਕਮ। ਉਹਨੇ ਚਾਦਰ ਵਿਛਾਈ, ਸਰਦਾਰ ਜੀ ਬੈਠ ਗਏ, ਬੀਬੀ ਦਇਆ ਕੌਰ ਜੀ ਬੈਠ ਗਏ। ਉਹਨੇ ਆਪਣਾ ਜੋ ਖਾਣਾ ਬਣਾਇਆ ਸੀ, ਪਰੌਂਠੇ ਕੱਢੇ, ਪ੍ਰਸ਼ਾਦ ਛਕਿਆ, ਅਕਾਲ ਪੁਰਖ ਦਾ ਸ਼ੁਕਰ ਕੀਤਾ, ਰਹਿ ਰਾਸ ਦਾ ਪਾਠ ਕੀਤਾ, ਰਹਿ ਰਾਸ ਦਾ ਪਾਠ ਕਰਕੇ ਅਰਦਾਸ ਗੁਜ਼ਾਰੀ, ਔਰ ਸਰਦਾਰ ਸਾਹਿਬ ਜੀ ਬਿਰਾਜਮਾਨ ਹੋ ਗਏ। ਬੀਬੀ ਦਇਆ ਕੌਰ ਵੀ ਸੌਂ ਗਈ, ਸਰਦਾਰ ਬੇਅੰਤ ਸਿੰਘ ਸੌਂ ਗਿਆ, ਕਾਕਾ ਜਗਦੀਸ਼ ਸੌਂ ਗਿਆ। ਪਰ ਜ਼ਾਲਮ ਪਠਾਨ ਨੂੰ ਨੀਂਦ ਨਹੀਂ ਆਉਂਦੀ, ਕਦੇ ਕਦੇ ਮਨੁੱਖ ਨੂੰ ਸੱਚੀ ਮੁੱਚੀ ਨੀਂਦ ਨਹੀਂ ਆਉਂਦੀ। ਜਾਂ ਤਾਂ ਉਹ ਜਾਗਦਾ ਹੈ ਜਿਹੜਾ ਚਿਰਾਂ ਦਾ ਰੋਗੀ ਹੋਵੇ, ਵਿਚਾਰਾ ਸਾਰੀ ਰਾਤ ਖੰਘਦਾ, ਉਹਨੂੰ ਨੀਂਦ ਨਹੀਂ ਆਉਂਦੀ, ਤੇ ਜਾਂ ਉਹ ਜਾਗਦਾ ਜਿਹਦੇ ਸਿਰ ਉੱਤੇ ਕਰਜ਼ਾ ਚੜਿਆ ਹੋਵੇ, ਉਹ ਕਹਿੰਦਾ ਵਾਹਿਗੁਰੂ ਕਿਰਪਾ ਕਰੇ ਮੈਂ ਸੁਰਖਰੂ ਹੋ ਜਾਵਾਂ, ਨੀਂਦ ਉਹਨੂੰ ਨਹੀਂ ਆਉਂਦੀ। ਜਾਂ ਉਹ ਜਾਗਦਾ ਜਿਹਦੀ ਲੜਕੀ ਮੁਟਿਆਰ ਹੋਵੇ, ਉਹ ਕਹਿੰਦਾ ਮਹਾਰਾਜ ਮੇਰੀ ਪੱਤ ਰੱਖ ਲਵੇ ਜੇ ਹੱਥ ਪੀਲੇ ਕਰਦਿਆਂ, ਨੀਂਦ ਉਹਨੂੰ ਵੀ ਨਹੀਂ ਆਉਂਦੀ। ਜਾਂ ਉਹ ਜਾਗਦਾ ਜਿਹਨੇ ਚੋਰੀ ਕਰਨੀ ਹੋਵੇ, ਡਾਕਾ ਮਾਰਨਾ ਹੋਵੇ, ਉਹ ਪਰੇਸ਼ਾਨਿਆਂ ਦੀ ਓਟ ਲੈ ਲੈ ਖੜਦਾ, ਨੀਂਦ ਉਹਨੂੰ ਵੀ ਨਹੀਂ ਆਉਂਦੀ। ਜਾਂ ਉਹ ਜਾਗਦਾ ਜਿਹਦੇ ਵਾਰੰਟ ਨਿਕਲੇ ਹੋਣ, ਉਹਨੂੰ ਸੁਪਨੇ ਵਿੱਚ ਵੀ ਥਾਣੇਦਾਰ ਦੇ ਦਰਸ਼ਨ ਹੁੰਦੇ ਨੇ, ਨੀਂਦ ਉਹਨੂੰ ਵੀ ਨਹੀਂ ਆਉਂਦੀ। ਤੇ ਜਾਂ ਫਿਰ ਉਹ ਜਾਗਦਾ ਜਿਹਦੀ ਕਿਸੇ ਨਾਲ ਪ੍ਰੀਤ ਲੱਗੀ ਹੋਈ ਹੋਵੇ, ਤੇ ਜਾਂ ਫਿਰ ਕੋਈ ਵਿਸ਼ੇ ਦਾ ਵਣਜਾਰਾ ਜਾਗਦਾ, ਤੇ ਜਾਂ ਉਹ ਜਾਗਦੇ ਨੇ ਜਿਨ੍ਹਾਂ ਨੇ ਰੱਬ ਦੀ ਬੰਦਗੀ ਕਰਨੀ ਹੋਵੇ। ਗੁਰਬਾਣੀ ਵਿੱਚ ਲਿਖਿਆ ਕਿ ਪਿੰਨੀ ਰੈਨੜੀਏ ਝਾਮਕਣ ਤਾਰੇ, ਜਾਗਣ ਸੰਤ ਜਨਾ ਮੇਰੇ ਰਾਮ ਪਿਆਰੇ। ਗੁਰੂ ਸਾਹਿਬ ਤੋਂ ਪੁੱਛਿਆ ਗਿਆ ਕਿ ਜਾਗਣਾ ਕਿਹੜਾ ਚੰਗਾ ਹੈ। ਗੁਰਦੇਵ ਕਹਿੰਦੇ ਨੇ, ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਜਾਗਣਾ ਉਹ ਚੰਗਾ ਹੈ ਜਿਹੜਾ ਗੁਰੂ ਦਰਬਾਰ ਵਿੱਚ ਜਾ ਕੇ ਜਾਗਿਆ ਜਾਏ। ਪਰ ਇਹ ਜ਼ਾਲਮ ਪਠਾਨ ਬਦ ਨੀਯਤ ਨਾਲ ਜਾਗ ਰਿਹਾ, ਵੀ ਜਦੋਂ ਉਸਨੇ ਵੇਖਿਆ ਸਰਦਾਰ ਸੌਂ ਗਿਆ, ਬੀਬੀ ਸੌਂ ਗਈ ਹੈ, ਕਾਕਾ ਸੌਂ ਗਿਆ, ਤੇ ਹਾਰ ਲੁੱਠਿਆ ਇਹਨੇ, ਕੱਢਿਆ ਲੱਕ ਨਾਲ ਛੁਰਾ, ਤਾਰ ਕਰਦਾ ਬੇਅੰਤ ਸਿੰਘ ਦੀ ਛਾਤੀ ਵਿੱਚ।
ਮਨੁੱਖ ਦਾ ਮਨ ਬਦਲ ਲੱਗਿਆ ਖਾਲਸਾ ਜੀ ਇੱਕ ਮਿੰਟ ਵੀ ਨਹੀਂ ਲੱਗਦਾ। ਕਦੇ ਇਹ ਪੁੰਨੀ ਬਣ ਬੈਂਦਾ ਹੈ, ਕਦੇ ਪਾਪੀ ਬਣ ਜਾਂਦਾ ਹੈ, ਕਦੇ ਦਾਨੀ ਬਣ ਜਾਂਦਾ ਹੈ, ਕਦੇ ਚੋਰ ਬਣ ਜਾਂਦਾ ਹੈ, ਕਦੇ ਸੰਤ ਮਹਾਤਮਾ ਪਰਮਾਤਮਾ ਬਣ ਜਾਂਦਾ ਹੈ, ਕਦੇ ਜ਼ਾਲਮ ਤੇ ਦੁਸ਼ਟ ਬਣ ਜਾਂਦਾ ਹੈ। ਇਸ ਮਨ ਤੋਂ ਜਨਮ ਜਨਮ ਕੀ ਮੈਲ ਲਾਗੀ, ਕਾਲਾ ਹੋਇਆ ਸਿਆ, ਪਠਾਣ ਦਾ ਮਨ ਬਦਲ ਗਿਆ, ਸੋਚਣ ਲੱਗਾ ਗਹਿਣੇ ਕੱਪੜੇ ਬੜੇ ਨੇ, ਮਾਇਆ ਵੀ ਹੱਥੀ ਆ ਗਈ ਹੈ, ਮੁਟਿਆਰ ਬੜੀ ਖੂਬਸੂਰਤ ਹੈ, ਇਹਨੂੰ ਲੈ ਕੇ ਕਾਬਲ ਚਲਾ ਜਾਵਾਂਗਾ, ਸਾਰੀ ਜ਼ਿੰਦਗੀ ਐਸ ਆਰਾਮ ਨਾਲ ਗੁਜ਼ਾਰਾਂਗੇ। ਜੰਗਲ ਉਜਾੜ ਦੇ ਵਿੱਚ ਮੌਕਾ ਕੌਣ ਇੱਥੇ ਪੁੱਛਦਾ, ਨਾ ਅਗਲਿਆਂ ਨੂੰ ਪਤਾ, ਨਾ ਪਿਛਲਿਆਂ ਨੂੰ ਪਤਾ। ਚੁੱਪ ਚੁੱਪੀ ਤੇ ਉੱਠਿਆ ਕਾਰ ਕਰਦਾ ਛੁਰਾ, ਸਰਦਾਰ ਬੇਮ ਸਿੰਘ ਦੀ ਛਾਤੀ ਵਿੱਚ ਖੋਭ ਦਿੱਤਾ, ਆਂਦਰਾਂ ਬਾਹਰ ਆ ਗਈਆਂ, ਖੂਨ ਦੀ ਨਦੀ ਚੱਲ ਪਈ। ਸਰਦਾਰ ਉੱਠਿਆ, ਬਸ ਇੰਨੀ ਆਵਾਜ਼ ਮੂੰਹ ਚੋਂ ਨਿਕਲੀ, ਦਇਆ ਕਰੋ, ਧੋਖਾ ਹੋ ਗਿਆ। ਇਹ ਨਹੀਂ ਸੁਣ ਕੇ ਦਇਆ ਕਰ ਉੱਠੀ ਹੈ, ਤੜਪ ਤੜਪ ਤੋਂ ਸਰਦਾਰ ਦੇ ਪ੍ਰਾਣ ਨਿਕਲ ਗਏ। ਉਸ ਵੇਲੇ ਗੁੱਤ ਬਣੀ ਖੜੀ ਹੈ, ਪਠਾਨ ਅੱਗੇ ਵੱਧ ਕੇ ਕਹਿਣ ਲੱਗਾ, ਮੈਂ ਤੇਰੀ ਖੂਬਸੂਰਤੀ ਉੱਤੇ ਮੋਹ ਧੋ ਕੇ ਇਹ ਕਾਰਾ ਕੀਤਾ ਹੈ, ਮੈਂ ਚਾਹੁੰਦਾ ਕਿ ਜੇ ਤੂੰ ਮੇਰਾ ਸਾਥ ਦੇਵੇਂ ਆਪਾਂ ਦੂਰ ਕਾਬਲ ਚਲੇ ਚੱਲੀਏ ਤੇ ਜ਼ਿੰਦਗੀ ਦਾ ਦਿਲ ਲੰਘਾ ਲਈਏ। ਦਇਆ ਕੌਰ ਸੁਣ ਰਹੀ ਸੀ, ਇਹਦੇ ਦਿਲ ਵਿੱਚ ਲੱਖਾਂ ਜਜ਼ਬਾਤ ਉੱਠ ਰਹੇ ਸੀ। ਆਖਰਕਾਰ ਉਹਦੇ ਬੁੱਲ ਖੁੱਲੇ, ਖਾਮੋਸ਼ੀ ਤੋੜੀ, ਔਰ ਉਹਨੇ ਪਠਾਨ ਨੂੰ ਕੱਟ ਕੇ ਗੱਲ ਆ, ਜਦੋਂ
نے تار تار اتر دیتا ہے، اے ذرا کگے ود کے ہاتھ پاؤں لگا ہے، دویا کور نے ندی دے کنڈے تو پتھر چکے نے، دیر کردہ پتھر ماریا متھے چ، جب متھے چ پتھر وجا تے بوندل گیا، کمرا آ گیا، زخمی ہو گیا، تکبر چکر گیا ہویا، ذرا پھر اگے ودن دی کوشش کیتی، دویا کور نے پتھر دی ورکھا ہی لا دیتی، اے کہن لگا بھی اس طرح نہیں گل بنتی، اے پھر ظالم دوجے پاسے اگے ود کے تے نے دیا کور دا بچہ چک لیا، کہن لگا دیا کورے اگے تیرا پتی توڑیا ہے، ہن مگر ہی تیرے بچے دی موت آئی سمجھ، جدو اپنا لال ویکھیا تے ماں دی ممتا تڑپ اٹھی، کہندی وے دوستا میرے لال نو کچھ نہ کہے، ظالم دے ہاتھ وچ چھڑا ہے اور بچے نو ختم کرنا چاہوں گا، پر دیا کور پاویں پٹھان نالوں طاقت وچ کمزور ہو سکتی ہے، وہ استری سی، وہ منک سی، پر ماں دی ممتا تڑی تڑپی اگے ودھ کے بچے نو چھڑاؤن دا یتن کردی ہے، کہ پٹھان ہور اگے دوڑدا ہے، آخر کار ہاتھ جوڑ کے ماں دی ممتا واسطہ پاؤندی، پانی چ پایا کدے نہیں بھج دے، ظالم نے تار
ਦਾ ਮਾਰਿਆ ਛੁਰਾ ਬੱਚੇ ਦਾ ਕਲੇਜਾ ਵੀ ਪਾੜ ਦਿੱਤਾ। ਦਇਆ ਕੌਰ ਪੱਥਰ ਬਣ ਕੇ ਖੜੀ ਰਹੀ। ਜ਼ਾਲਮ ਨੇ ਸੋਚਿਆ ਕਿ ਖਬਰੇ ਰਜ਼ਾਮੰਦ ਹੋ ਗਈ ਏ, ਇਹ ਜ਼ਰਾ ਅੱਗੇ ਵਧਿਆ। ਇਹਨੇ ਆਖਿਆ, ਦਇਆ ਕੌਰੇ ਤੇਰੇ ਪਤੀ ਔਰ ਤੇਰੇ ਪੁੱਤਰ ਦੇ ਮਗਰੋਂ ਤੈਨੂੰ ਤੋੜ ਦਿਆਂਗਾ। ਬਸ ਕਿੱਥੇ ਤਰੀਕਾ ਹੈ, ਜਾਂ ਮੇਰੀ ਪਤਨੀ ਬੀਵੀ ਬਣਨਾ ਮਨਜ਼ੂਰ ਕਰ ਲੈ, ਵਰਨਾ ਛੁਰਾ ਤੇਰੀ ਵੀ ਛਾਤੀ ਵਿੱਚ ਆਇਆ ਲੈ। ਲੇਕਿਨ ਦਇਆ ਕੌਰ ਤਾਂ ਕੁਝ ਹੋਰ ਹੀ ਸੋਚ ਰਹੀ ਸੀ, ਅੱਖਾਂ ਬੰਦ ਸਨ, ਗਲ ਵਿੱਚ ਪੱਲਾ ਸੀ, ਅਰਦਾਸ ਕਰ ਰਹੀ ਸੀ। ਕਲਗੀ ਵਾਲੇ ਸ਼ਹਿਨਸ਼ਾਹ, ਤੇਰੀ ਜਾਮਨੀ ਲੈ ਕੇ ਤੁਰੀ ਸਾਂ, ਮੇਰਾ ਸੁਹਾਗ ਵੀ ਲੁੱਟਿਆ ਗਿਆ, ਮੇਰਾ ਲਾਲ ਵੀ ਲੁੱਟਿਆ ਗਿਆ, ਆਪਣੇ ਸੈਵਕ ਕੀ ਆਪੇ ਰਾਖੇ, ਆਪੇ ਨਾਮ ਚ ਪਾਵੇ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੇ। ਗੁਰੂ ਸਦਾਨੰਦ ਸਿੰਘ ਸਿੱਖ ਦੇ, ਜੇ ਸਿੱਖ ਦਾ ਵਿਸ਼ਵਾਸ ਹੋਵੇ, ਬੀਬੀ ਦਇਆ ਕੌਰ ਅੰਤਰ ਆਤਮੇ ਇਹ ਅਰਦਾਸ ਕਰ ਰਹੀ।
ਦੀ ਅਰਦਾਸ ਕਰ ਰਹੀ ਹੈ। ਜ਼ਾਲਮ ਪਠਾਨ ਨੇ ਸੋਚਿਆ ਕਿ ਇਹ ਨਹੀਂ ਮੰਨਣ ਵਾਲੀ, ਉਹਨੇ ਫਿਰ ਇਹ ਛੁਰੇ ਵਾਲਾ ਜਦੋਂ ਹੱਥ ਚੁੱਕਿਆ ਤੇ ਹੁਣ ਦਇਆ ਕਰਨ ਨੂੰ ਵੀ ਲੱਗਦੇ ਹੱਥ ਖਤਮ ਹੀ ਕਰਦੇ ਆ ਤੇ ਠੀਕ ਹੈ। ਇੱਕ ਪਾਪ ਨੂੰ ਲੁਕਾਉਣ ਲਈ ਫਿਰ ਬੰਦਾ ਪਾਪ ਉੱਤੇ ਪਾਪ ਕਰਦਾ ਹੈ, ਇੱਕ ਝੂਠ ਨੂੰ ਲੁਕਾਉਣ ਲਈ ਕਈ ਵਾਰ ਝੂਠ ਬੋਲਣਾ ਪੈਂਦਾ ਹੈ। ਜਦੋਂ ਛੁਰੇ ਵਾਲੀ ਇਹ ਬਾਂਹ ਤਾਂ ਚੁੱਕੀ, ਇੱਕ ਸ਼ੂਕ ਦਾ ਤੀਰ ਆਇਆ, ਕਾਰ ਕਰਦਾ ਡੋਲੇ ਤੇ ਵੱਜਾ, ਬਾਂਹ ਕੱਟ ਕੇ ਅੱਗੇ ਲੰਘ ਗਿਆ।